ਉਸ ਨਾਲ ਨੋਟਿਸ ਜਾਰੀ ਕੀਤਾ, ਉਹਦੇ ਤੋਂ ਪਹਿਲੀ ਪ੍ਰਤੀਕਿਰਿਆ ਤੁਹਾਡੀ ਕੀ ਹੋਵੇਗੀ? ਅਮਨ ਭਾਈ ਵੇਟ ਕੀਤੀ, ਜਿਹੜਾ ਮੈਨੂੰ ਸ਼ੋਕ ਔਰ ਨੋਟਿਸ ਜਾਰੀ ਕੀਤਾ ਹੈ ਸਾਡੇ ਪਾਰਟੀ ਪ੍ਰਧਾਨ ਨੇ, ਮੈਂ ਦੱਸਣਾ ਚਾਹੁੰਦਾ ਕਿ ਕੁਛ ਮੀਡੀਆ ਦੇ ਜਿਹੜੇ ਕਿ ਜਿਹਨਾਂ ਦੇ 'ਚ ਪੀ ਟੀ ਸੀ, ਜਿਹਨਾਂ ਮੈਂ ਅੱਜ ਬਾਈਕਾਟ ਕੀਤਾ ਹੈ, ਜਿਹਨਾਂ ਨੇ ਖਬਰ ਨੂੰ ਤੋੜ ਮਰੋੜ ਕੇ ਲਾਇਆ ਔਰ ਉਸ ਖਬਰ ਕਰਕੇ ਮੈਨੂੰ ਸ਼ੋਕ ਔਰ ਨੋਟਿਸ ਆਇਆ ਕਿ ਮੈਂ ਨਾ ਤਾਂ ਕੋਈ ਕੈਪਟਨ ਅਮਰਿੰਦਰ ਸਿੰਘ ਜੀ ਦੇ ਖਿਲਾਫ਼ ਕਿਹਾ, ਨਾ ਮੈਂ ਕੋਈ ਪਾਰਟੀ ਦੇ ਖਿਲਾਫ਼ ਕਿਹਾ, ਮੈਂ ਜੋ ਸਾਡੀ ਪਾਰਟੀ ਦਾ ਮੁੱਖ ਏਜੰਡਾ ਸੀਗਾ, ਜੋ ਨਸ਼ਿਆਂ ਦੇ ਖਿਲਾਫ਼ ਅਸੀਂ ਇਸ ਮੁੱਦੇ ਨੂੰ ਲੈ ਕੇ ਚੱਲੇ ਸੀ, ਜਿਸ ਕਰਕੇ ਸਾਡੀ ਸਰਕਾਰ ਬਣੀ, ਮੈਂ ਉਸ ਮੁੱਦੇ 'ਤੇ ਉਸ ਏਜੰਡੇ 'ਤੇ ਕੰਮ ਕਰ ਰਿਹਾ ਔਰ ਮੈਂ ਇਹ ਗੱਲ ਕਹੀ ਆ ਕਿ ਉਹ ਜਿਹੜੀ ਸਟੇਜ ਦਾ ਮੈਂ ਬਾਈਕਾਟ ਨਹੀਂ ਕੀਤਾ ਗਾ, ਮੈਂ ਇਹੋ ਜਿਹੜੇ ਆਲਾ ਅਫਸਰ ਜਿਹੜੇ ਸਟੇਜ 'ਤੇ ਬੈਠੇ ਨੇ, ਜਿਹੜੇ ਖੁਦ ਨਸ਼ੇ ਦੇ ਤਸਕਰ ਨੇ, ਜਿਹੜੇ ਨਸ਼ਾ ਵਟਾਉਂਦੇ ਨੇ ਆਈ ਜੀ ਮੁਖਵਿੰਦਰ ਸਿੰਘ ਸੀਨੀ ਅਰਗੇ, ਇਹੋ ਜਿਹੇ ਲੋਕਾਂ ਨਾਲ ਮੈਂ ਸਟੇਜ ਸਾਂਝੀ ਨਹੀਂ ਕਰ ਸਕਦਾ, ਇਸ ਕਰਕੇ ਮੈਂ ਇਹਨਾਂ ਲੋਕਾਂ ਦਾ ਜਿਹੜਾ ਕਿ ਬਾਈਕਾਟ ਕਰਦਾ ਔਰ ਉਹ ਨੋਟਿਸ ਦਾ ਜਵਾਬ ਜਿਹੜਾ ਮੈਨੂੰ 3 ਦਿਨ ਦਾ ਸਮਾਂ ਦਿੱਤਾ ਗਿਆ ਔਰ ਮੈਨੂੰ ਮੇਰੀ ਪਾਰਟੀ 'ਤੇ ਕੈਪਟਨ ਅਮਰਿੰਦਰ ਸਿੰਘ ਜੀ 'ਤੇ ਔਰ ਮੈਨੂੰ ਜਾਖੜ ਸਾਹਿਬ 'ਤੇ ਵਿਸ਼ਵਾਸ ਹੈ ਕਿ ਜਦੋਂ ਮੈਂ ਉਹ ਤੱਥ ਉਹਨਾਂ ਦੇ ਸਾਹਮਣੇ ਰੱਖਾਂਗਾ ਕਿ ਮੈਨੂੰ ਮੇਰੀ ਜਿਹੜੀ ਪਾਰਟੀ ਹੈ ਕਿ ਉਹ ਮੇਰਾ ਸਾਥ ਦੇਵੇਗੀ। ਮੈਂ ਉਹ ਜਿਹੜਾ ਪਲੇਟਫਾਰਮ ਕੋਈ ਚੁਣਿਆ ਨਹੀਂ ਗਾ, ਕਿਉਂਕਿ ਉਹ ਕੁਦਰਤ ਕਰਾਉਂਦੀ ਹੈ ਜੋ ਕਰਾਉਂਦੀ ਹੈ, ਕਿਉਂਕਿ ਜਦੋਂ ਮੈਂ ਡੀ ਸੀ ਸਾਹਿਬ ਨੂੰ ਉੱਥੇ ਪੁੱਛਿਆ, ਮੈਂ ਕਿਹਾ ਡੀ ਸੀ ਸਾਹਿਬ ਮੈਨੂੰ ਅੱਜ ਦਾ ਪ੍ਰੋਗਰਾਮ ਦੱਸਿਆ ਜਾਵੇ ਤਾਂ ਡੀ ਸੀ ਸਾਹਿਬ ਨੇ ਮੈਨੂੰ ਇੱਕ ਜੋ ਲਿਸਟ ਵਿਖਾਈ ਉਹਦੇ ਵਿੱਚ ਸੀਗਾ ਕਿ ਡੀ ਸੀ ਸਾਹਿਬ ਜਿਹੜਾ ਕਿ ਉਹ ਵੈਲਕਮ ਕਰਨਗੇ, ਉਸ ਤੋਂ ਬਾਅਦ ਸਤਿਕਾਰ ਕੌਰ ਗਹਿਰੀ ਬੋਲੇਗੀ, ਉਸ ਤੋਂ ਬਾਅਦ ਵਿੱਚ ਮੈਂ ਬੋਲਾਂਗਾ ਔਰ ਉਸ ਤੋਂ ਬਾਅਦ ਪਰਮਿੰਦਰ ਸਿੰਘ ਪਿੰਕੀ ਅਤੇ ਮਨਪ੍ਰੀਤ ਸਿੰਘ ਸਾਡੇ ਖਜ਼ਾਨਾ ਮੰਤਰੀ ਉਹ ਬੋਲਣਗੇ। ਪਰ ਉੱਥੇ ਹੋਇਆ ਥੋੜ੍ਹਾ ਜਿਹਾ ਉਲਟ ਕਿ ਇੱਕ ਪੁਲਿਸ ਦੇ ਦਬਾਅ ਹੇਠ ਆਣ ਕੇ ਉੱਥੋਂ ਦਾ ਜਿਹੜਾ ਆਈ ਜੀ ਮੁਖਵਿੰਦਰ ਸਿੰਘ ਸ਼ੀਨਾ ਬੋਲਿਆ ਔਰ ਮੁਖਵਿੰਦਰ ਸਿੰਘ ਸ਼ੀਨਾ ਉੱਥੇ ਇਹ ਗੱਲ ਕਹਿ ਰਿਹਾ ਲੋਕਾਂ ਨੂੰ, ਕਹਿੰਦਾ ਜੇ ਤੁਸੀਂ ਕਸਮ ਕਹੋ ਕਿ ਅਸੀਂ ਪਿੰਡਾਂ 'ਚ ਨਸ਼ਾ ਖਤਮ ਕਰਾਂਗੇ ਤਾਂ ਮੇਰੇ ਮਨ ਨੂੰ ਇਹ ਗੱਲ ਚੰਗੀ ਨਹੀਂ ਲੱਗੀ, ਕਿਉਂਕਿ ਮੈਨੂੰ 84,000 ਤਨਖਾਹ ਮਿਲਦੀ ਹੈ, ਮੈਂ ਲੋਕਾਂ ਦਾ ਨੌਕਰ ਹਾਂ ਔਰ ਮੇਰੀ ਜੋਬ ਜੋ ਸੀ, ਜੋ ਮੈਂ ਆਪਦਾ ਫੈਸਲਾ ਸੀ, ਜੋ ਮੇਰੀ ਜ਼ਮੀਰ ਨੇ ਆਵਾਜ਼ ਦਿੱਤੀ, ਮੇਰੀ ਜ਼ਮੀਰ ਨੇ ਕਿਹਾ ਕਿ ਉੱਠ ਅੱਜ ਤੇਰੀ ਲੋੜ ਆ ਔਰ ਉੱਠ ਕੇ ਮੈਂ ਇਹ ਗੱਲ ਕਹੀ ਕਿ ਇਹੋ ਜਿਹੜੇ ਚੋਰ ਆ ਜੇ ਕਹਿਣਗੇ ਸਾਨੂੰ ਸਾਧ ਬਣੋ, ਇਹਨਾਂ ਲੋਕਾਂ ਨਾਲ ਮੈਂ ਸਟੇਜ ਸਾਂਝੀ ਨਹੀਂ ਕਰ ਸਕਦਾ, ਇਹਨਾਂ ਲੋਕਾਂ ਦਾ ਆਈ ਜੀ ਮੁਖਵਿੰਦਰ ਸਿੰਘ ਸ਼ੀਨੇ ਵਰਗਿਆਂ ਨਾਲ ਮੈਂ ਬਾਈਕਾਟ ਕਰਦਾ ਔਰ ਇਸ ਕਰਕੇ ਮੇਰੀ ਕੋਈ ਮਨ ਦੀ ਇੱਛਾ ਨਹੀਂ ਸੀ ਕਿ ਮੈਂ ਉਸ ਸਟੇਜ 'ਤੇ ਬੋਲਾਂ।